ਦੇਖੋ ਜੱਟ ਨੇ ਕੀਤਾ ਨਵਾਂ ਕੰਮ, 35 ਸਾਲ ਸੇਵਾਵਾਂ ਦੇਣ ਬਦਲੇ ਅੱਜ ਕੀਤਾ ਧੂਮ ਧੜੱਕੇ ਨਾਲ ਆਪਣੇ ਵਰਕਰ ਨੂੰ ਰਿਟਾਇਰ। ਫਿਰ ਵੀ ਕਿਹਾ ਕਿ ਬੇਸ਼ੱਕ ਮੈਂ ਇਸ ਨੂੰ ਰਿਟਾਇਰ ਕਰ ਰਿਹਾ, ਲੇਕਿਨ ਜਦੋਂ ਮਰਜ਼ੀ ਕੰਮ 'ਤੇ ਬੇਝਿਜਕਾ ਸਕਦਾ ਹੈ। ਇਹੋ ਜਿਹੀ ਮਿਸਾਲ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲੀ ਕਿ ਕੋਈ ਪ੍ਰਾਈਵੇਟ ਤੌਰ 'ਤੇ ਕੰਮ ਕਰਦੇ ਆਪਣੇ ਕਰਮਚਾਰੀ ਨੂੰ ਸ਼ਾਨੋ ਸ਼ੌਕਤ ਨਾਲ ਰਿਟਾਇਰ ਕਰਦਾ ਹੋਵੇ। ਆਓ ਦਿਖਾਉਂਦੇ ਹਾਂ ਰਿਟਾਇਰਮੈਂਟ ਦੇ ਭਾਵੁਕ ਕਰ ਦੇਣ ਵਾਲੇ ਦ੍ਰਿਸ਼। ਸਭ ਤੋਂ ਪਹਿਲਾਂ ਪੰਜਾਬ ਟੀਵੀ 70 ਵਾਲਿਆਂ ਦਾ ਅਤੇ NKN ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢਿਆ। ਅੱਜ ਬੜੀ ਖੁਸ਼ੀ ਦੀ ਗੱਲ ਆ ਅਤੇ ਚਮਨ ਲਾਲ ਨੇ 35 ਸਾਲ ਤੋਂ 6 ਮਹੀਨੇ ਜਿਹੜਾ ਮੇਰੇ ਨਾਲ ਕੰਮ ਕੀਤਾ ਭਰਾਵਾਂ ਵਾਂਗੂ, ਅਤੇ ਕਦੇ ਵੀ ਇਹਨ ਵੀ ਮਨ 'ਚ ਇੱਦਾਂ ਖੋਟ ਨਹੀਂ ਰੱਖੀ ਕੰਮ ਕਰਨ ਲਈ। ਬੜਾ ਆਪਣੇ ਘਰ ਦਾ ਕੰਮ ਸਮਝ ਕੇ ਮੇਰੇ ਨਾਲੋਂ ਵੀ ਫਿਕਰ ਕਰਦਾ ਸੀ। ਅਜੇ ਮੈਂ ਭਾਵੇਂ ਕੋਈ ਲਗਾਜੀ ਕਰ ਦੇਵਾਂ, ਇਹ ਮੇਰੇ ਨਾਲੋਂ ਵੀ ਵੱਧ ਫਿਕਰ ਕਰਦਾ ਸੀ। ਕੋਈ ਨੁਕਸਾਨ ਹੋ ਜਾਵੇ ਇਹਨੂੰ ਵੱਧ ਫਿਕਰ ਕਰਨਾ ਵੀ ਉਹ ਕਿਸਾਨੀ ਜੀ ਦਾ ਨੁਕਸਾਨ ਹੋ ਗਿਆ, ਫਸਲ ਦਾ ਜੋ ਵੀ। ਮੈਂ ਹਜੇ ਸੁੱਤਾ ਪਿਆ ਹੁੰਦਾ ਸੀ ਜਦੋਂ ਇਹ ਉੱਠ ਕੇ ਘਰੋਂ ਆ ਕੇ ਮੈਨੂੰ ਹੱਕਾ ਮਾਰਦਾ ਹੁੰਦਾ ਸੀ, ਅਤੇ ਮੈਂ ਇਹਦਾ ਬਹੁਤ ਧੰਨਵਾਦ ਕਰਦਾ ਜਿਹਨੇ ਐਡਾ ਲੰਬਾ ਸਮਾਂ ਮੇਰੇ ਨਾਲ ਭਰਾਵਾਂ ਵਾਂਗੂ ਕੱਢਿਆ। ਅਤੇ ਇਹਦਾ ਸਾਰਾ ਪਰਿਵਾਰ ਆਪਣਾ ਅੱਜ ਤੱਕ ਆਪਣਾ ਇਸਤੇਮਾਲ ਕਰਦਾ। ਅਤੇ ਬਾਕੀ ਪਿੰਡ ਵਾਲਿਆਂ ਨੂੰ ਵੀ ਪਤਾ ਵੀ 35 ਸਾਲ ਤਾਂ 6 ਮਹੀਨੇ ਬਹੁਤ ਸਮਾਂ ਹੋ ਜਾਂਦਾ, ਅਤੇ ਕਦੇ ਵੀ ਮਨ ਦੇ ਵਿੱਚ ਇਸਨੇ ਕਹਿੰਦੇ ਨੇ ਕੋਟ ਨਹੀਂ ਰੱਖਿਆ, ਆਪਣਾ ਘਰ ਸਮਝ ਕੇ ਕੰਮ ਕਰਦਾ ਰਿਹਾ। ਇਸ ਕਰਕੇ ਮੈਂ ਅੱਜ ਵੀ ਇਹਨੂੰ ਇਹ ਗੱਲ ਕਹੀ ਸੀ ਪਹਿਲਾਂ ਵੀ, ਤੈਂ ਰਿਟਾਇਰਮੈਂਟ ਹੋਣ ਨਾ ਸੋਚੀ, ਤੈਨੂੰ ਮੈਂ ਖੁਸ਼ੀ 'ਤੇ ਕੀਤਾ, ਪਰ ਉਹ ਤੋਂ ਬਾਅਦ ਵੀ ਤੈਂ ਆਉਂਦਾ ਰਹਿਣਾ, ਤੈਂ ਮੇਰੇ ਕੋਲ ਆਉਣਾ ਆ, ਅਤੇ ਕੰਮ ਤੇਰੇ ਕੋਲ ਨਹੀਂ ਵੀ ਹੋਊਗਾ ਤੂੰ ਇੱਥੇ ਬੈਠਾ ਰਹਿਣਾ, ਇਹੀ ਬਹੁਤ ਹੈਗਾ, ਅਤੇ ਜਿੰਨਾ ਕਿਤੇ ਕੰਮ ਹੋਊਗਾ ਕਰੀ। ਮੈਂ ਇਹ ਨਹੀਂ ਕਹਿੰਦਾ ਨਹੀਂ ਹੋਊਗਾ, ਤਾਂ ਵੀ ਤੂੰ ਉੱਥੇ ਮੰਜਾ ਡਾ ਲਾ, ਕੁਰਸੀ ਡਾ ਲਾ, ਤੂੰ ਬੈਠ ਕੇ ਨਿਗਰਾਨੀ ਰੱਖਣੀ ਹੈ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਸਰਪੰਚ ਸਾਹਿਬ ਤੁਸੀਂ ਦੱਸ ਰਿਹਾ ਵੀ 35 ਸਾਲ ਇਹਨਾਂ ਨੇ ਸੇਵਾਵਾਂ ਨਿਭਾਈਆਂ ਤੁਹਾਡੇ ਨਾਲ, ਅਤੇ ਰਹਿੰਦੀ ਜ਼ਿੰਦਗੀ ਜਿਹੜੀ ਹੈ ਉਹਦੇ 'ਚ ਕੀ ਸਹਿਯੋਗ ਦਿਓਗੇ ਇਹਨਾਂ ਨੂੰ, ਕੋਈ ਪੈਨਸ਼ਨ ਵੀ ਦੇ ਰਹੇ ਹੋ? ਆਪਾਂ ਇਹਨਾਂ ਨੂੰ ਨਾਲ ਦੀ ਨਾਲ ਖਰਚਾ ਦੇਈ ਜਾਣਾ, ਕਿਉਂ ਮੈਂ ਅੱਗੇ ਵੀ ਪੁੱਛ ਲਓ ਇਹਨੂੰ, ਕਦੇ ਮੈਨੂੰ ਇਹਨੇ ਕਿਹਾ ਵੀ ਮੈਨੂੰ 2000 ਚਾਹੀਦਾ, 500 ਚਾਹੀਦਾ? ਮੈਂ ਕਦੇ ਨਾ ਲਿਖਿਆ ਹੀ ਆ, ਨਾ ਮੈਂ ਇਹਨੂੰ ਕਿਹਾ ਹੀ ਆ, ਨਾ ਇਹਨੇ ਮੈਨੂੰ ਪੁੱਛਿਆ ਵੀ ਮੈਨੂੰ ਤੂੰ ਕਿੰਨੇ ਦਿਨਾਂ ਨਹੀਂ ਦਿੰਦਾ। ਹੁਣ ਮੈਨੂੰ ਕੋਈ ਲਗਭਗ 10-15 ਸਾਲ ਹੋ ਗਏ, ਜੋ ਇਹ ਮੇਰੇ 'ਤੇ ਮੰਗ ਲਵੇ ਮੈਂ ਇਹਨੂੰ ਦੇ ਦਿੰਦਾ, ਕਦੇ ਮੈਂ ਇਹਨੂੰ ਇਹਦੇ ਨਾਲ ਫਰਕ ਹੀ ਨਹੀਂ ਕੀਤਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨੂੰ ਇਹ ਗੱਲ ਕਹੀ ਆ ਵੀ ਮੈਂ ਬੈਠਾ ਤੇਰੇ ਲਈ, ਵੀ ਤੂੰ ਉੱਦਾਂ ਇਹਦਾ ਪਰਿਵਾਰ ਬਹੁਤ ਵਧੀਆ ਪਰਿਵਾਰ ਆ, ਇਹਦੇ ਬੱਚੇ ਪੂਰੇ ਸੈੱਟ ਆ, ਅਤੇ ਇੱਕ ਬੱਚੇ ਨੇ ਇੱਥੇ ਬੰਗੇ ਦੁਕਾਨ ਬਣਾਈ ਆ, ਕੱਪੜੇ ਦੀ ਬਹੁਤ ਵਧੀਆ ਚੱਲਦੀ ਆ, ਇਹਨਾਂ ਦਾ ਬੇਟਾ ਬਾਹਰ ਆ, ਇੱਕ ਦਾ ਬਹੁਤ ਪ੍ਰਾਈਵੇਟ ਸਰਵਿਸ ਕਰਦਾ, ਪਰ ਫਿਰ ਵੀ ਇਹਨੂੰ ਮੈਂ ਕਿਹਾ ਵੀ ਮੈਂ ਤੇਰੇ ਲਈ ਬੈਠਾ ਹਾਂ, ਅਤੇ ਮੈਂ ਕਿਸੇ ਗੱਲੋਂ ਡੋਲਣਾ ਨਹੀਂ। ਧੰਨਵਾਦ, ਮੈਂ ਸ਼ੁਕਰਗੁਜ਼ਾਰ ਹਾਂ ਬੜਾ। ਇਹਨਾਂ ਦੇ ਨਾਲ ਮੈਂ ਕੰਨ ਠਾਸੀ ਤੋਂ ਕੰਮ ਕਰਦਾ, ਬਹੁਤ ਵਧੀਆ ਸਾਡਾ ਸਮਾਂ ਪਾਸ ਹੋਇਆ। ਬਾਕੀ ਕੋਈ ਵੀ ਨੁਕਸਾਨ ਹੋ ਜਾਏ, ਕਦੇ ਵੀ ਦੱਬ ਕਿਹਾ ਨਹੀਂ, ਕਦੇ ਵੀ ਕੁਛ ਕਿਹਾ, ਚਾਹੇ ਥੋੜ੍ਹਾ ਕੰਮ ਕਰ ਲਓ ਚਾਹੇ ਬਹੁਤਾ ਕਰ ਲਓ, ਕਦੇ ਇਹ ਨਹੀਂ ਕਿਹਾ ਕਦੇ ਘੱਟ ਕੀਤਾ ਜਾਂ ਵੱਧ ਕੀਤਾ। ਬਾਕੀ ਹੋਰ ਵੀ ਇਹਨਾਂ ਦੇ ਨਾਲ ਭਰਾਵਾਂ ਮੇਰਾ ਟਾਈਮ ਪਾਸ ਹੋਇਆ, ਬਾਕੀ ਉਹ ਇਹਨਾਂ ਦੇ ਘਰੋਂ ਵੀ ਬੜਾ ਉਹ ਚੰਗਾ ਸਮਝਦੇ ਤੇ,
ਰੋਟੀ ਪਾਣੀ ਸਭ ਕੁਛ ਖਾਣਾ ਜਾਣਾ ਪੀ ਕੇ ਬਹੁਤ ਚੰਗਾ ਸਮਝਦੇ ਸੀ। ਕਿੰਨੀ ਉਮਰ ਦੇ ਸੀ ਜਦੋਂ ਤੁਸੀਂ ਇਹਨਾਂ ਕੋਲ ਆਏ ਜੀ? ਮੈਂ ਹੁਣ 70 ਕੁ ਸਾਲ ਦਾ ਹੋ ਗਿਆ ਅਤੇ ਦੇਖ ਲਓ ਖਾਸੀ ਦਾ ਆ। ਕੋਈ ਖੱਟਾ ਮਿੱਠੇ ਤਜਰਬੇ ਕੋਈ ਸਾਂਝੇ ਕਰੋਗੇ ਜਿਹੜੇ ਇਹਨਾਂ ਨਾਲ ਕੰਮ ਕਰਨਾ ਬੀਤੇ ਤੁਹਾਡੇ? ਖੁਸ਼ੀ ਦੇ ਮੌਕੇ ਕੋਈ ਸਾਂਝੇ ਕਰੋ? ਖੁਸ਼ੀ ਦੇ ਪਹਿਲੇ ਸਭ ਕੁਝ ਕਰਦੇ ਰਹੇ ਆ, ਬਰਾਬਰ ਖੜਦੇ ਰਹੇ ਆ।
ਕੋਈ ਨੌਕਰਾਂ ਵਾਲੀ ਗੱਲ ਨਹੀਂ ਰੱਖੀ ਹੈ। ਹੈਂ ਬੜਾ ਧੰਨਵਾਦ ਹੈ, ਨਿਆਣੇ ਪੜ ਗਏ, ਵਾਹਿਗੁਰੂ ਦਾ ਖਾਲਸਾ।